ਸੈਂਟਰਲ ਨਿਊਰੋ ਹਸਪਤਾਲ ਰਾਣੀ ਕਾ ਬਾਗ ਵਿਭਿੰਨ ਨਿਊਰੋ ਸੰਬੰਧੀ ਬਿਮਾਰੀਆਂ ਦੇ ਇਲਾਜ ਲਈ ਸ਼ਹਿਰ ਦਾ ਪ੍ਰਮੁੱਖ ਹਸਪਤਾਲ ਹੈ। ਇੱਥੇ ਮਰੀਜ਼ਾਂ ਨੂੰ ਅੰਤਰਰਾਸ਼ਟਰੀ ਤਕਨੀਕਾਂ ਨਾਲ ਬਿਹਤਰੀਨ ਇਲਾਜ ਪ੍ਰਦਾਨ ਕੀਤਾ ਜਾਂਦਾ ਹੈ। ਉੱਪਲ ਨਿਊਰੋ ਹਸਪਤਾਲ ਵਿਖੇ ਸ਼ਨੀਵਾਰ ਨੂੰ ਡਾਕਟਰ ਅਸ਼ੋਕ ਉੱਪਲ ਅਤੇ ਡਾਕਟਰ ਸਲਿਲ ਉੱਪਲ ਦੀ ਦੇਖ ਰੇਖ ਵਿੱਚ ਫਿਜ਼ੀਓਥੈਰੇਪੀ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਉਹਨਾਂ ਨੇ ਅਧਰੰਗ, ਗਰਦਨ ਦਰਦ, ਸਰਵਾਈਕਲ, ਸਟ੍ਰੋਕ ਸਮੇਤ ਵੱਖ ਵੱਖ ਨਿਊਰੋ ਸੰਬੰਧਿਤ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ। ਡਾਕਟਰ ਦਪਿੰਦਰ ਕੌਰ, ਡਾਕਟਰ ਖੁਸ਼ਬੂ, ਡਾਕਟਰ ਰਾਜਵੀਰ ਕੌਰ ਸਮੇਤ ਕਈ ਲੋਕ ਮੌਜੂਦ ਸਨ। ਪੇਸ਼ੈਂਟ ਨੂੰ ਪੈਰਾਲਿਸਿਸ ਭਾਵੇਂ ਅਧਰੰਗ ਨਾਲ ਹੋਇਆ ਹੋਵੇ ਜਾਂ ਭਾਵੇਂ ਹੋਰ ਵੀ ਕਿਸੇ ਮਸਲ ਜਾਂ ਨਰਵ ਦੀ ਬਿਮਾਰੀ ਦੇ ਨਾਲ ਹੋਇਆ ਹੋਵੇ ਜਾਂ ਕਿਸੇ ਚੋਟ ਨਾਲ ਹੋਇਆ ਹੋਵੇ ਜਾਂ ਕਿਸੇ ਸਪੋਰਟ ਇੰਜਰੀ ਦੇ ਨਾਲ ਕਿਸੇ ਵੀ ਅੰਗ ਦੇ ਵਿੱਚ ਕੋਈ ਕਮਜ਼ੋਰੀ ਹੋਈ ਹੋਵੇ ਤਾਂ ਉਸਨੂੰ ਇੱਕ ਸਪੈਸ਼ਲਾਈਜ਼ਡ ਫਿਜ਼ੀਓਥੈਰੇਪੀ ਟੈਕਨੀਕ ਦੇ ਨਾਲ ਵਾਪਸ ਆਪਣੀ ਨੋਰਮਲ ਹੈਲਥ ਵਿੱਚ, ਨੋਰਮਲ ਰੂਟੀਨ 'ਚ ਲਿਆਂਦਾ ਜਾ ਸਕਦਾ ਹੈਗਾ। ਇਸ ਦਿਨ ਅਸੀਂ ਆਹ ਦੱਸ ਸਕਦੇ ਹਾਂ ਕਿ ਨਾ ਇਕੱਲੀ ਦਵਾਈਆਂ ਦੇ ਨਾਲ, ਸਿਰਫ ਨਾਲ ਨਾਲ ਫਿਜ਼ੀਓਥੈਰੇਪੀ ਦੇ ਨਾਲ ਵੀ ਅਸੀਂ ਬਹੁਤ ਕੁਛ, ਬਹੁਤ ਮਰੀਜ਼ਾਂ ਨੂੰ ਠੀਕ ਕਰ ਸਕਦੇ ਹਾਂ। ਮਰੀਜ਼ਾਂ ਦੇ ਜਿਹੜੇ ਲੱਤ ਬਾਂਹ ਰੁਕੀਆਂ ਨੇ ਉਹਨਾਂ ਨੂੰ ਚਲਾਉਣ 'ਚ ਮਦਦ ਕਰਦੀ ਹੈ ਫਿਜ਼ੀਓਥੈਰੇਪੀ। ਜਿਹੜੀ ਬਾਹਾਂ ਅਕੜ ਗਈਆਂ ਨੇ ਉਹਨਾਂ ਨੂੰ ਮਤਲਬ ਕਿ ਆਰਾਮ ਦੇਣ 'ਚ, ਦਰਦਾਂ ਨੂੰ ਠੀਕ ਕਰਨ 'ਚ ਫਿਜ਼ੀਓਥੈਰੇਪੀ ਦਾ ਬਹੁਤ ਜ਼ਿਆਦਾ ਰੋਲ ਹੈਗਾ।